हाँ जी, हूँ दसरोज। असि वर्क परमिट ते स्पाउस वीजे ते आए हैं। ਤੁਸੀਂ ਸਪਾਉਸ ਵੀਜ਼ੇ ਤੇ ਆਏ ਸੀ? हाँ जी हाँ जी, ਠੀਕ ਹੈ ਜੀ। ਕਿੰਨਾ ਟਾਈਮ ਹੋ ਗਿਆ? ਸਾਨੂੰ ਸਾਲ ਹੋ ਗਿਆ ਜੀ, ਤੁਹਾਡੇ ਇੱਕ ਸਾਲ। ਵਾਈਫ ਤੁਸੀਂ ਸਪਾਉਸ ਓਪਨ ਵਰਕ ਪਰਮਿਟ ਲਵਾਇਆ ਸੀ? ਤੁਹਾਡੇ ਵਾਈਫ ਸਟੱਡੀ ਤੇ ਸੀ? हाँ जी हाँ जी, असि हुण दोनों वर्क परमिट ते हैं। ਹੁਣ ਤੁਸੀਂ ਦੋਨੇ ਵਰਕ ਪਰਮਿਟ ਤੇ ਹੋ? हाँ जी हाँ जी, ਠੀਕ ਹੈ ਰਜੀ। ਤੇ ਕਿੰਨਾ ਟਾਈਮ ਹੋ ਗਿਆ, ਕਦੋਂ ਆਏ ਹੋ ਕੈਨੇਡਾ ਦੇ ਵਿੱਚ, ਤੇ ਕਿਹੜੀ ਸਿਟੀ ਦੇ ਵਿੱਚ ਰਹਿ ਰਹੇ ਹੋ ਰਜੀ ਹੁਣ ਤੁਸੀਂ? असि हुण प्रिंस एडवर्ड च हैं जी, ठीक आइसलैंड। है, ठीक है हाँ रजी। जी हाँ जी हाँ जी, ते केड़ी ईयर ते आए सी तुसी? असि आए सी 2022 जी, 2022। मेरी वाइफ 2021 आई सी। ਤੁਹਾਡੇ ਵਾਈਫ 2021 ਦੇ ਵਿੱਚ। ਤੇ ਕਿਹੜੇ हाँ ਕਾਲਜ ਚ जी, ਸੀ ਤੁਹਾਡੇ ਵਾਈਫ? कॉन्स्टोगा कॉलेज सी। ਠੀਕ ਹੈ। हाँ जी, ਤੇ ਨਾਓ ਤੁਸੀਂ ਦੋਨੇ ਜਣੇ ਰਜੇ ਹੁਣ ਕੀ ਕਰ ਰਹੇ ਹੋ? ਮਤਲब ਤੁਸੀਂ ਹੁਣ ਤੁਹਾਡਾ ਅਸੀਂ। ਕੀ ਸਟੇਟਸ, ਵਰਕ हाँ जी, ਪਰਮਿਟ ਤੇ ਹੈ, ਜੌਬ ਵਗੈਰਾ ਤੁਸੀਂ ਜਾਂ ਬਿਜ਼ਨਸ ਵਗੈਰਾ ਕੀ ਕਰ ਰਹੇ ਹੋ? ਅਸੀਂ ਸਾਨੂੰ 3-3 ਸਾਲ ਦਾ ਵਰਕ ਪਰਮਿਟ ਮਿਲਿਆ ਪਿਆ। ਅਸੀਂ PR ਦਾ ਇੱਥੇ ਵਰਕ ਕਰ ਰਹੇ ਹਾਂ ਕਿੱਦਾਂ ਪੀਆਰ ਦਾ? ਦੋਨੋਂ ਜਣੇ। ਹਾਂ ਜੀ, PR ਦਾ ਅਸੀਂ ਐਕਸਪੀਰੀਅੰਸ ਪੂਰਾ ਕਰ ਰਹੇ ਹਾਂ ਹੁਣ। ਓਕੇ 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 ਠੀਕ ਹੈ। ਤੁਸੀਂ ਹਾਂ ਜੀ ਪੀਆਰ ਦੀ ਐਪਲੀਕੇਸ਼ਨ ਲਾਉਣੀ ਹੈ ਤੁਸੀਂ ਉਹਦੇ ਲਈ? ਹਾਂ ਜੀ, ਲਾਉਣੀ ਹੈ। ਠੀਕ ਹੈ। ਤੇ ਅਸੀਂ ਵਿਜ਼ਟਰ ਵੀਜ਼ਾ ਲਾਉਣਾ ਹੈ ਜੀ, ਫਾਦਰ ਦਾ ਵਿਜ਼ਿਟਰ ਤੇ। ਵੀਜ਼ਾ ਲਾਉਣਾ ਹੈ हाँ जी, ਪੇਰੈਂਟਸ ਦਾ, ਆਪਦੇ फादर ਦਾ, दा। हाँ जी हाँ जी ਫਾਦਰ ਮਦਰ ਦੋਨਾਂ ਦਾ, ਪੇਰੈਂਟਸ ਦਾ? हाँ जी, ਜਾਂ ਜਿੱਦਾਂ ਕਿ ਦੋਨਾਂ ਦਾ ਠੀਕ ਰਹੂ ਤਾਂ ਦੋਨਾਂ ਦਾ ਲਵਾ ਲਾਂਗੇ। ਠੀਕ ਹੈ ਰਜੇ। ਵੈਸੇ हाँ ਰਜੇ जी हाँ ਹਾਂ, जी ਪੇਰੈਂਟਸ ਦਾ ਜ਼ਿਆਦਾ ਬੈਟਰ ਰਹੂਗਾ, ਦੋਨਾਂ ਦਾ ਹੀ ਠੀਕ ਰਹੂਗਾ, ਦੋਵਾਂ ਦਾ ਹੀ ਆਪਾਂ। हाँ जी हाँ जी, ਹਾਂ ਤੁਸੀਂ ਕਰਨਾ ਹੈ। ਠੀਕ है जी। ਤੇ ਰਜੇ ਤੁਸੀਂ ਕੀ ਜੌਬ ਅਸੀਂ ਕਰ ਰਹੇ ਹੋ, ਕਿੱਥੇ ਜੌਬ ਕਰਦੇ ਹੋ ਹੁਣ ਤੁਸੀਂ ਕੈਨੇਡਾ ਦੇ ਵਿੱਚ? ਫਰਨੀਚਰ ਹਾਊਸ ਚ ਕਰਦੇ ਹਾਂ। ਦੋਨੇ? ਨਹੀਂ, ਇਹ ਮੈਕਡੀ ਤੇ ਕਰਦੇ। ਅੱਛਾ, ਤੁਹਾਡੇ ਵਾਈਫ ਹੈਗੇ ਆ ਮੈਕਡੀ ਚ ਕਰ ਰਹੇ ਨੇ, हाँ जी, ਤੁਸੀਂ ਫਰਨੀਚਰ ਹਾਊਸ ਚ ਕਰ ਰਹੇ ਹੋ। ਇਹਨਾਂ ਅੱਛਾ, ਨਿਊ ਲੱਗੇ। ਕਿੰਨਾ ਟਾਈਮ ਹਾਂ, ਹੋਇਆ? ਤਿੰਨ ਕੁ ਮੰਥ ਹੋਏ। ਠੀਕ ਹੈ, 3 ਮੰਥ ਹੋ ਗਏ। ਤੇ ਤੁਹਾਨੂੰ हाँ ਰਜੇ, जी, ਸਾਨੂੰ ਵੀ ਬਸ 3 ਕੁ ਮੰਥ ਹੀ ਹੋਏ ਜੀ। ਤੁਹਾਨੂੰ ਵੀ 3 ਮੰਥ? ਹਾਂ, ਉਹਨਾਂ ਨੂੰ 4 ਕੁ ਮੰਥ ਹੋ ਗਏ, ਸਾਨੂੰ 3 ਕੁ ਮੰਥ ਬਸ। ਸੈਲਰੀ हाँ ਪੇ जी ਰੋਲਸ ਵਗੈਰਾ ਮਿਲ ਰਹੀਆਂ ਤੁਹਾਨੂੰ हाँ ਸਾਰਾ? जी हाँ, पेरोल। हाँ जी ठीक है रजे। ते थोड़ी की हाँ जी, डेजिग्नेशन? असी वर्कर हाँ, वेयरहाउस। अच्छा, तुसी उत्थे वर्क करो? ठीक है, हाँ वेयरहाउस। ते रजे तुहाडे पेरेंट्स इंडिया च कित्थों बिलोंग करदे आ, इत्थों पंजाब तो? ਉਹਨਾਂ ਦਾ ਫਰੀਦਕੋਟ ਜ਼ਿਲ੍ਹਾ ਜੀ, ਜੈਤੋ ਕੋਲ ਆਪਣਾ ਪਿੰਡ ਆ। ਹਾਂ ਹੈ। हाँ जी हाँ जी, है रामेण। ਠੀਕ ਹੈ। हाँ ਤੇ ਪੇਰੈਂਟਸ ਕੀ ਕਰਦੇ जी, ਨੇ ਤੁਹਾਡੇ? ਉਹ ਐਗਰੀਕਲਚਰ ਹੀ ਕਰਦੇ ਜੀ ਸਾਨੂੰ। ਫਾਦਰ ਤੁਹਾਡੇ ਐਗਰੀਕਲਚਰ ਕਰਦੇ ਨੇ, हाँ जी ਤੇ ਮਦਰ ਹਾਊਸਵਾਈਫ? हाँ जी हाँ जी, ਠੀਕ ਹੈ ਰਜੀ। ਇੱਕ ਤਾਂ ਰਜੀ, ਜਦੋਂ ਤੁਸੀਂ ਆਪਣੀ ਐਪਲੀਕੇਸ਼ਨ ਲਗਾਈ ਸੀ ਨਾ ਸਪਾਊਸ ਓਪਨ ਵਰਕ ਪਰਮਿਟ ਦੀ, हाँ जी ਤੁਹਾਡਾ ਫੈਮਿਲੀ ਇਨਫੋਰਮੇਸ਼ਨ ਫਾਰਮ ਫਿਲ ਕੀਤਾ ਹੋਣਾ ਜਦੋਂ ਤੁਸੀਂ ਲਗਾਇਆ हाँ ਹੋਣਾ, जी हाँ जी ਉਹ हाँ जी, ਡਿਟੇਲ ਤੁਸੀਂ ਇੱਕ ਵਾਰੀ ਕ੍ਰਾਸ ਚੈੱਕ ਕਰ ਲਿਓ ਕਿ ਤੁਹਾਡੇ ਫਾਦਰ ਦਾ ਐਗਰੀਕਲਚਰ ਹੀ ਸੀ। ਕਈ ਵਾਰੀ ਕੀ, हाँ जी ਹਾਂ, ਕੋਈ ਬਿਜ਼ਨਸ ਵਗੈਰਾ ਕੁਝ ਨਾ ਹੋਇਆ ਹੋਵੇ, ਤਾਂ ਫਿਰ ਇੱਕ हाँ जी ਵਾਰੀ हाँ जी ਉਹਨੇ ਡਿਟੇਲ ਇੰਬੈਸੀ ਦੇ ਵਿੱਚ ਜਾ ਚੁੱਕੀ ਹੈ, ਹਨਾ? ਤਾਂ हाँ जी हाँ ਆਪਾਂ जी, ਹੁਣ ਦੁਬਾਰਾ ਜਦੋਂ ਵੀ ਉਹਨਾਂ ਦਾ ਵਿਜ਼ਟਰ ਵੀਜ਼ਾ ਅਪਲਾਈ ਕਰਨਾ, ਤਾਂ ਆਪਾਂ ਕੋਈ ਜਿਹੜੀ ਇਨਫੋਰਮੇਸ਼ਨ ਪਹਿਲਾਂ ਤੁਸੀਂ ਦਿੱਤੀ ਹੋਈ ਆਪਾਂ ਉਹੀ ਫਿਲ ਕਰਾਂਗੇ। ਫਿਰ ਉਹ ਚੀਜ਼ ਦਾ ਤੁਸੀਂ ਧਿਆਨ हाँ ਰੱਖਿਓ, जी ਉਹ ਫਾਰਮ ਵਗੈਰਾ ਲੈ हाँ ਲਿਓ। जी ਤੇ ITRs ਵਗੈਰਾ ਫਿਲ ਕਰਦੇ ਨੇ ਤੁਹਾਡੇ ਪੇਰੈਂਟਸ ਰਜੇ ਜਾਂ ਨਹੀਂ? हाँ, करते ही करते। ਰਿਟਰਨਸ हाँ जी, ਦੋਨੇ ਮਦਰ ਵੀ ਕਰਦੇ ਨੇ? मदर नहीं करते, फादर के नाम से करते। अच्छा ठीक है। मदर दा ਤੁਸੀਂ ਉਦੋਂ ਵੀ ਹੋਮ ਮੇਕਰ ਹੀ ਰੱਖਿਆ ਸੀ, ਫਿਰ ਤੁਸੀਂ ਮਦਰ ਦਾ हाँ ਨਹੀਂ? जी ਠੀਕ ਹੈ हाँ, ਰਜੀ। ਹੁਣ ਰਜੇ ਵਿਜ਼ਟਰ ਵੀਜ਼ੇ ਲਈ ਪੇਰੈਂਟਸ ਤੁਹਾਡੇ ਐਲੀਜੀਬਲ ਹੈਗੇ, ਉਹ ਕਰ ਸਕਦੇ ਅਪਲਾਈ। ਵਿਜ਼ਟਰ ਵੀਜ਼ਾ हाँ ਅਪਲਾਈ जी ਕਰਨ ਦੇ ਵਿੱਚ ਸਭ ਤੋਂ ਪਹਿਲਾਂ ਕੀ ਆਉਂਦਾ ਹੈ, ਪਰਪਸ ਆਫ ਵਿਜ਼ਿਟ, ਕਿ हाँ ਤੁਹਾਡੇ जी ਪੇਰੈਂਟਸ ਨੇ ਕਿਹੜੇ ਪਰਪਸ ਲਈ ਵਿਜ਼ਿਟ ਕਰਨਾ ਹੈ हाँ जी ਨਾ? ਤੁਹਾਡਾ ਕੋਈ ਇੱਥੇ ਤੁਹਾਡੀ ਐਨੀਵਰਸਰੀ ਆ ਰਹੀ ਹੈ, ਜਾਂ ਤੁਹਾਡਾ ਕੋਈ ਬਰਥਡੇ ਆ ਰਿਹਾ ਹੈ ਨਾ, ਜਾਂ हाँ ਤੁਸੀਂ जी ਹੋਮ हाँ जी ਸਿਕਨੈਸ ਫੀਲ ਕਰ ਰਹੇ ਹੋ, ਤੁਹਾਨੂੰ 6 ਮੰਥ ਹੋ ਗਏ ਆ, ਤਾਂ हाँ ਮਤਲਬ जी ਹਾਂ, ਤੁਸੀਂ ਹੋਮ ਸਿਕਨੈਸ ਲਈ ਅਪਲਾਈ ਕਰ ਸਕਦੇ ਹੋ। ਉਹ ਤੁਸੀਂ ਇੱਕ ਪਰਪਸ ਆਪਾਂ ਦੱਸਣਾ ਪਊਗਾ, ਜਿਹੜਾ ਇਨਵੀਟੇਸ਼ਨ हाँ जी ਲੈਟਰ ਤੁਹਾਡੇ ਵੱਲੋਂ ਪ੍ਰੋਵਾਈਡ ਹੋਊਗਾ। ਤੁਸੀਂ ਲਿਖੋਗੇ ਉਹਦੇ ਵਿੱਚ ਕਿ ਮੇਰੇ ਪੇਰੈਂਟਸ ਇੰਡੀਆ ਤੋਂ ਪੰਜਾਬ ਤੋਂ ਇੱਥੋਂ ਬਿਲੋਂਗ ਕਰਦੇ ਨੇ, ਤੇ ਅਸੀਂ ਦੋਵੇਂ ਵਰਕਰ ਆ, ਉਸ ਮਤਲਬ ਵਰਕ ਪਰਮਿਟ ਤੇ ਹੈਗੇ ਆ ਦੋਨੇ ਜਾਣੇ,
ਠੀਕ ਹੈ, ਉਹ ਤੁਹਾਨੂੰ ਹਾਂਜੀ ਸਾਰਾ ਹਾਂ ਤੁਸੀਂ ਇਨਵੀਟੇਸ਼ਨ ਲੈਟਰ ਦੇ ਵਿੱਚ ਲਿਖੋਗੇ, ਤੇ ਆਪਣਾ ਤੁਹਾਡੇ ਪੇਰੈਂਟਸ ਨੂੰ ਬੁਲਾਉਣ ਦਾ ਪਰਪਸ ਲਿਖੋਗੇ ਕਿ ਤੁਸੀਂ ਆਪਣੇ ਪੇਰੈਂਟਸ ਨੂੰ ਕਾਹਦੇ ਲਈ ਬੁਲਾ ਰਹੇ ਹੋ, ਹਨਾ, ਤਾਂ ਉਹ ਤੁਸੀਂ ਹਾਂਜੀ ਹਾਂਜੀ ਇਨਵੀਟੇਸ਼ਨ ਲੈਟਰ ਤੁਸੀਂ ਇਧਰੋਂ ਪ੍ਰੋਵਾਈਡ ਕਰੋਗੇ, ਫਾਰਮੈਟ ਵਗੈਰਾ ਤੁਸੀਂ ਦੇਖ ਸਕਦੇ ਹੋ, ਨੈਟ ਤੋਂ ਵੀ ਸਰਚ ਕਰ ਸਕਦੇ ਹੋ, ਮੇਰੀ ਹੈਲਪ ਦੀ ਹਾਂਜੀ ਲੋੜ ਹੋਈ �ਤੁਸੀਂ, ਹਾਂ ਮੈਂ ਵੀ ਤੁਹਾਨੂੰ ਪ੍ਰੋਵਾਈਡ ਕਰਵਾ ਹਾਂਜੀ ਸਕਦੀ ਹਾਂ, ਠੀਕ ਹੈ, ਤੁਹਾਡੇ ਤੋਂ ਆਪਾਂ ਪੁੱਛ ਲਵਾਂਗੇ। ਹਾਂਜੀ ਰਾਜੀ, ਉਸ ਤੋਂ ਬਾਅਦ ਜੇ ਤੁਹਾਡੇ ਪੇਰੈਂਟਸ ਕੋਲੇ ਫਾਈਨੈਂਸ਼ੀਅਲ ਹੋਣਾ ਚਾਹੀਦਾ, ਹਨਾ, ਆਪਾਂ ਹੁਣ ਤੁਹਾਡੇ ਹਾਂਜੀ ਪੇਰੈਂਟਸ ਨੇ ਜਾਣਾ ਹੈ, ਉਹਨਾਂ ਕੋਲੇ ਪ੍ਰੂਫ ਆਫ ਫੰਡਸ ਹੋਣਾ ਜ਼ਰੂਰੀ ਹੈ, ਉਹਨਾਂ ਨੂੰ 10 ਤੋਂ 12 ਲੱਖ ਰੁਪਏ ਆਪਣੇ ਅਕਾਊਂਟ ਦੇ ਵਿੱਚ ਸ਼ੋ ਕਰਨਾ ਪਊਗਾ, ਜੋ 10 ਤੋਂ 12 ਹਾਂਜੀ ਲੱਖ ਰੁਪਏ ਸ਼ੋ ਕਰਨਗੇ ਰਾਜੀ, ਉਹਨਾਂ ਦਾ ਬੈਂਕ ਬੈਲੈਂਸ ਸਰਟੀਫਿਕੇਟ ਲੈਣਾ ਬੈਂਕ ਤੋਂ, ਤੇ ਨਾਲ ਉਹਨਾਂ ਹਾਂਜੀ ਦੀਆਂ ਹਾਂਜੀ ਸਟੇਟਮੈਂਟਸ ਲੱਗਣਗੀਆਂ, 3 to 4 month ਦੀਆਂ ਸਟੇਟਮੈਂਟਸ, ਬਟ ਉਹਨਾਂ ਦੀ ਜਿਹੜੀ ਸਟੇਟਮੈਂਟ ਆ ਉਹਦੇ ਚ ਵੀਜ਼ਾ ਆਫੀਸਰ ਨੇ ਚੈੱਕ ਕਰਨਾ ਹੁੰਦਾ ਲੈਣ ਦੇਣ ਹੋ ਰਿਹਾ ਜਾਂ ਨਹੀਂ, ਕਿਵੇਂ ਟ੍ਰਾਂਜੈਕਸ਼ਨ ਵਗੈਰਾ ਚੱਲ ਰਹੀ ਆ, ਉਹ ਆਪਾਂ ਦਿਖਾਉਣਾ ਹੈ, ਠੀਕ ਉਹ ਹੈ। ਆਪਣਾ ਜੀ ਫਾਰਮ ਦੇ ਪੈਸੇ ਚਾਹੀਦੇ ਕਿ ਹਾਂ ਹਾਂ ਰਾਜੀ, ਜੇ ਉਹਦੇ ਚ ਜੇ ਫਾਰਮ ਦੇ ਪੈਸੇ ਆ ਰਹੇ ਆ ਤਾਂ ਉਹ ਜ਼ਿਆਦਾ ਬੈਟਰ ਹੈ, ਹਨਾ, ਕਿ ਆਪਾਂ ਦਿਖਾ ਸਕਦੇ ਆ ਉਹਨਾਂ ਦੇ ਵਿੱਚ ਟ੍ਰਾਂਜੈਕਸ਼ਨ, ਕਿਉਂਕਿ ਤੁਸੀਂ ਆਪਾਂ ਵੀਜ਼ਾ ਆਫੀਸਰ ਨੂੰ ਦੱਸ ਰਹੇ ਆ ਕਿ ਤੁਹਾਡੇ ਪੇਰੈਂਟਸ ਐਗਰੀਕਲਚਰ ਕਰ ਰਹੇ ਆ, ਹਨਾ, ਤਾਂ ਫਿਰ ਹਾਂਜੀ ਉਹਨਾਂ ਨੇ ਹਾਂਜੀ ਚੈੱਕ ਕਰਨਾ ਹੁੰਦਾ ਕਿ ਜੇ ਫਾਰਮ ਵਗੈਰਾ ਕਿੱਥੋਂ ਉਹਨਾਂ ਨੂੰ ਪੈਸਾ ਆ ਰਿਹਾ, ਹਨਾ, ਤਾਂ ਉਹ ਜੇ ਹਾਂਜੀ ਫਾਰਮ ਆਪਾਂ ਨਾਲ ਇੱਕ ਪ੍ਰੂਫ ਲਗਾ ਸਕਦੇ ਆ। ਤੁਸੀਂ ਕੋਈ ਜੇ ਫਾਰਮ ਲਗਾ ਰਹੇ ਹੋ ਆਪਾਂ, ਹਨਾ, ਆਪਾਂ ਫਸਲ ਵੇਚੀ ਹੈ ਤਾਂ ਉਹ ਆਪਾਂ ਪ੍ਰੂਫ ਲਗਾ ਸਕਦੇ ਆ, ਉਹ ਆਪਾਂ ਨੂੰ ਲਗਾ ਆੜਤੀਏ ਨੇ ਇੱਕ, ਆਪਾਂ ਨੂੰ ਜੇ ਫਾਰਮ ਬਣਦੇ ਆ, ਤੁਹਾਨੂੰ ਪਤਾ ਆਪਣੇ ਪਿੰਡਾਂ ਦੇ ਵਿੱਚ, ਹਨਾ, ਆਪਾਂ ਹਾਂਜੀ ਦੇਖਦੇ ਆ, ਹਾਂਜੀ ਆੜਤੀਏ ਨੇ ਤੁਹਾਨੂੰ ਜੇ ਫਾਰਮ ਕੱਟ ਕੇ ਦੇ ਦੇਣਾ, ਉਹਦਾ ਬਿੱਲ ਲੱਗ ਜੂਗਾ। ਆਪਾਂ ਜਿੱਦਾਂ ਕਿ ਜੀ ਹੁਣ ਮੱਕੀ ਮੁੱਕੀ ਦੀ ਫਸਲ ਆਊਗੀ ਹਾਂ ਉਹਦਾ ਜੇ ਫਾਰਮ ਲਗਾ ਜੀ, ਸਕਦੇ ਹਾਂ ਨਾ ਇਹ। ਬਿਲਕੁਲ ਬਿਲਕੁਲ, ਗਵਾਰੇ ਦੀ ਹੁਣ ਆਪਣੇ ਰਾਜੇ ਇੱਧਰ ਪੰਜਾਬ 'ਚ, ਹਨਾ, ਗਵਾਰਾ, ਮੱਕੀ, ਆਲੂਆਂ ਦੀ, ਇਹ ਹਾਂਜੀ ਸਾਰੇ ਜੇ ਫਾਰਮ ਮਿਲ, ਹਾਂ ਇੱਦਾਂ ਬਿਲਕੁਲ ਬਿਲਕੁਲ। ਜੇ ਫਾਰਮ ਇੱਕ ਅਕਾਉਂਟ ਉਹ ਜਿਹ 'ਚ ਦੁੱਧ ਦੇ ਪੈਸੇ ਆਉਂਦੇ ਜਿੱਦਾਂ। ਡੈਰੀ ਫਾਰਮਿੰਗ, ਦੁੱਧ ਵਗੈਰਾ ਸੇਲ ਹਾਂਜੀ ਕਰਦੇ ਹੋ, ਠੀਕ ਹੈ ਠੀਕ ਹੈ, ਹਾਂਜੀ ਹਾਂ ਹਾਂ ਉਹ ਵੀ ਲਗਾ ਸਕਦੇ ਹੋ, ਇਹ ਸਾਰੀਆਂ ਚੀਜ਼ਾਂ ਨਾ ਆਪਣੇ ਵਾਪਸ ਆਉਣ ਦਾ ਇੱਕ ਰੀਜ਼ਨ ਬਣਦੀਆਂ, ਵੀਜ਼ਾ ਇੱਕ ਆਫਿਸ ਨੂੰ, ਅਸੀਂ ਜਿੱਦਾਂ ਕਿ ਵੀ ਡਿਪੈਂਡ ਵੀ ਉਹ ਫਾਦਰ ਤੇ ਇੱਕ ਹੀ ਰੱਖਿਆ ਜੀ ਤਾਂ ਕਰਕੇ। ਮੈਂ ਸਮਝ ਹਾਂਜੀ ਗਈ ਵੀ ਆਪਾਂ, ਇਹ ਫਾਦਰ ਤੇ ਡਿਪੈਂਡ ਆ ਜਿੱਦਾਂ ਕਿ ਹਾਂ ਮਦਰ। ਹਾਂ ਨਹੀਂ ਉਹ ਵੀ ਹਾਂ ਠੀਕ ਹੈ, ਠੀਕ ਹੈ, ਕਰ ਸਕਦੇ ਹੋ ਰਾਜੇ, ਉਹ ਵੀ ਕੋਈ ਪ੍ਰੋਬਲਮ ਨਹੀਂ, ਬਸ ਆਪਾਂ ਉਹੀ ਹੈ ਨਾ, ਵੀਜ਼ਾ ਆਫੀਸਰ ਨੂੰ ਹੀ ਦਿਖਾਉਣਾ ਹੁੰਦਾ ਹੈ, ਇਹ ਸਾਡੇ ਰੀਜ਼ਨ, ਜਿਹੜੇ ਸਾਡਾ ਇੱਥੇ ਹਾਂਜੀ ਫੈਮਿਲੀ ਟਾਈ ਅਪਸ ਗੁੱਡ ਹੈ, ਹਨਾ, ਤੁਹਾਡਾ ਇੱਥੇ ਰਿਸ਼ਤੇਦਾਰ, ਭੈਣ ਭਰਾ, ਹਨਾ, ਆਪਾਂ ਫੈਮਿਲੀ ਡਿਟੇਲ ਵੀ ਪੇਰੈਂਟਸ ਤੇ ਦੀ ਭਰਾਉਣੇ ਆ, ਹਨਾ, ਵਿਜ਼ਟਰ ਵੀਜ਼ੇ ਦੇ ਵਿੱਚ ਤੁਹਾਡਾ ਫਾਈਨੈਂਸ਼ੀਅਲ ਗੁੱਡ ਹੈਗੇ, ਆਪਾਂ ਇਹ ਵਾਪਸ ਆਉਣ ਦੇ ਰੀਜ਼ਨ ਦੱਸਣੇ ਹੁੰਦੇ ਆ ਸਾਰੇ ਆਪਾਂ ਨੂੰ ਹੋਰ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਆ ਜੀ? ਰਾਜੇ। ਪ੍ਰਾਪਰਟੀ ਵੈਲਿਊਏਸ਼ਨਸ ਵੀ ਲਗਾਵਾਂਗੇ, ਤੁਹਾਡੇ ਹੋਮ ਕੰਟਰੀ ਨਾਲ ਹਾਂਜੀ ਟਾਈ ਅਪਸ ਕਿੰਨੇ ਜ਼ਿਆਦਾ ਸਟਰੋਂਗ ਹੈ, ਹਨਾ, ਕਿ ਤੁਹਾਡੇ ਕੋਲ ਇੱਥੇ ਤੁਸੀਂ ਤੁਹਾਡੇ ਕੋਲ ਜ਼ਮੀਨ ਜਾਇਦਾਦ, ਘਰ ਹੈ ਆਪਣਾ, ਰਹਿਣ ਨੂੰ ਸਾਰਾ ਕੁਝ ਹੈ ਨਾ, ਉਹਦੀਆਂ ਪ੍ਰਾਪਰਟੀ ਹਾਂਜੀ ਵੈਲਿਊਏਸ਼ਨ ਹਾਂਜੀ ਲਗਾ ਸਕਦੇ ਹੋ ਤੁਸੀਂ ਨਾਲ। ਹਾਂ ਠੀਕ ਹੈ ਜੀ। ਹਾਂ ਤੇ ਜਿੱਦਾਂ ਕਿ ਜੀ ਪਹਿਲੀ ਵਾਰ ਜਿੱਦਾਂ ਵਿਜ਼ਟਰ ਵੀਜ਼ਾ ਲੱਗਦਾ ਉਹ ਕਿੰਨੇ ਟਾਈਮ ਦਾ ਹੁੰਦਾ? ਰਾਜੇ, ਵਿਜ਼ਟਰ ਵੀਜ਼ਾ ਲੱਗਦਾ ਜਿਹੜਾ ਉਹ 10 ਸਾਲ ਦਾ ਹੀ ਹੁੰਦਾ ਹੈ, ਜਿੰਨੇ ਟਾਈਮ ਤੇ ਹਾਂਜੀ ਪਾਸਪੋਰਟ ਤੇ ਵੈਲਿਡਿਟੀ ਹੁੰਦੀ ਹੈ ਨਾ ਆਪਣੀ, ਆਪਣੀ 10 ਸਾਲ ਦਾ ਹਾਂਜੀ ਹਾਂ ਪਾਸਪੋਰਟ ਬਣਦਾ, ਤੁਹਾਨੂੰ ਪਤਾ ਹੀ ਹੈ ਨਾ, 10 ਸਾਲ ਦਾ ਉਹਨਾਂ ਦਾ ਹਾਂਜੀ ਵਿਜ਼ਟਰ ਵੀਜ਼ਾ ਲੱਗੂਗਾ, ਬਟ ਰਾਜੇ ਉਹਦੇ ਚ ਇਹ ਨਹੀਂ ਹੈਗਾ, ਉਹਦੇ ਚ ਹੁੰਦਾ ਕਿ ਮਲਟੀਪਲ ਐਂਟਰੀਜ਼, ਉਹ 10 ਸਾਲ ਦਾ ਲੱਗਣਾ, ਹਾਂਜੀ ਮਤਲਬ ਕਿ ਜਿਹੜਾ ਵੀਜ਼ਾ ਆਫੀਸਰ ਨੇ ਇੱਕ ਵਾਰੀ ਸਟੈਂਪ ਜਿਹੜੀ ਲੱਗ ਕੇ ਆਉਣੀ ਹੈ, ਤੁਹਾਨੂੰ 10 ਸਾਲ ਦੀ ਲੱਗ ਕੇ ਆ ਜਾਣੀ ਹੈ, ਬਟ ਉਹਦੇ ਚ ਹਾਂਜੀ ਇਹ ਨਹੀਂ ਹੈਗਾ, ਤੁਸੀਂ ਰਹਿਣਾ ਤੁਹਾਡੇ ਪੇਰੈਂਟਸ ਦੇ 4 month 5 month ਹੀ ਹੁੰਦਾ ਹੈਗਾ, ਤੇ ਫਿਰ ਉਹਨਾਂ ਨੇ ਫਿਰ ਇੱਕ ਵਾਰੀ ਇੰਡੀਆ ਦੇ ਵਿੱਚ ਵਾਪਸ ਆਉਣਾ, ਫਿਰ ਮਤਲਬ ਮਲਟੀਪਲ ਐਂਟਰੀਜ਼ ਵੱਜ ਜਾਂਦੀਆਂ, ਤੁਸੀਂ ਫਿਰ ਉਹ ਵਾਪਸ ਜਾਣਗੇ, ਫਿਰ ਇੱਧਰ ਇੰਡੀਆ ਆਉਂਦੇ, ਉਹ ਸਾਰਾ ਸਿਸਟਮ ਚੱਲਦਾ ਹੈ। ਠੀਕ ਹੈ ਠੀਕ ਹੈ। ਤੇ ਜਿੱਦਾਂ ਕਿ ਆਪਾਂ ਜੀ PR ਤੋਂ ਬਾਅਦ ਆਪਾਂ ਇਹ ਵੀਜ਼ਾ ਕਨਵਰਟ ਵੀ ਹੋ ਜਾਂਦਾ ਸੁਪਰ ਵੀਜ਼ੇ ਚ? ਹਾਂ ਰਜੀ, ਉਹ PR ਜਿੱਦਾਂ ਤੁਸੀਂ ਦੋਨੇ ਜਾਣੇ PR ਹੋ ਜਾਣੇ, ਜਾਂ ਤੁਹਾਡੇ ਚ ਤੁਸੀਂ ਇੱਕ, ਤੁਸੀਂ ਵੀ PR ਹੋ ਜਾਂਦੇ ਹੋ, ਜਾਂ ਤੁਹਾਡੇ ਵਾਈਫ ਹੁੰਦੇ ਆ, ਹਾਂਜੀ ਹਾਂ ਉਹ ਫਿਰ ਉਦੋਂ ਬਾਅਦ ਤੁਸੀਂ ਸੁਪਰ ਵੀਜ਼ੇ ਲਈ ਐਲੀਜੀਬਲ ਹੋ ਜਾਂਦੇ ਤੁਹਾਡੇ ਪੇਰੈਂਟ, ਬਟ ਸੁਪਰ ਵੀਜ਼ੇ ਦੇ ਵਿੱਚ ਸਿਰਫ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਹੀ ਅਪਲਾਈ ਕਰ ਸਕਦੇ ਆ, ਤੁਹਾਡੇ ਮਾਤਾ ਪਿਤਾ ਜਾਂ ਤੁਹਾਡੇ ਦਾਦਾ ਦਾਦੀ ਨੇ, ਨਾਨਾ ਨਾਨੀ, ਉਹ ਅਪਲਾਈ ਕਰ ਸਕਦੇ ਆ। ਹਾਂਜੀ ਹਾਂ ਉਹ 5 ਸਾਲ ਦਾ ਹੁੰਦਾ ਆਪਾਂ ਨੂੰ, ਉਹਦੇ ਚ ਤੁਹਾਨੂੰ 5 year ਤੁਸੀਂ ਕੰਟੀਨਿਊਸਲੀ ਸਟੇ ਕਰ ਸਕਦੇ ਆ ਤੁਹਾਡੇ ਪੇਰੈਂਟਸ, ਬਟ ਉਹਦੇ ਵਿੱਚ ਹਾਂਜੀ ਰਜੇ ਤੁਹਾਡਾ ਫਿਰ PR ਹੋਣਾ ਜ਼ਰੂਰੀ ਆ, ਹਨਾ, ਤੁਹਾਡੀ ਇਨਕਮ ਵੀ, ਹਾਂਜੀ ਹਾਂ ਤੁਹਾਡੀ ਐਨੂਅਲ ਇਨਕਮ ਤੇ ਡਿਪੈਂਡ ਕਰਦਾ ਸਾਰਾ ਸੁਪਰ ਵੀਜ਼ਾ। ਹਾਂਜੀ ਹਾਂਜੀ ਜੀ ਉਹਨਾਂ �ਨੇ ਲੰਬੇ ਠੀਕ ਸਮੇਂ ਲਈ 5 ਸਾਲ ਦੇ ਲਈ ਤੇ ਜਾਣਾ ਤਾਂ